ਹੁਣ ਰਾਜੋਵਾਨੀਆਂ ਹੁਣ ਪਰੇ ਹੋ ਗਏ, ਹੁਣ ਡੱਲੇ ਵਾਲ ਉੱਠ ਖੜੇ ਆ ਵੀ ਹੁਣ ਲੋਕ ਹਿਸਾਬ ਮੰਗਣਗੇ ਪੁਰਾਣਾ। ਕਿੱਥੇ ਇਹਨਾਂ ਨੇ ਸਾਂਝੇ ਥਾਂ 'ਚ ਉੱਥੇ ਜਿਹੜੇ ਪੱਖੇ ਬਚਿਆ ਜਾਂ ਕੂਲਰ ਬਚਿਆ ਕਿਹੜੇ ਗੁਰਦੁਆਰੇ ਧਰੇ ਆ ਜਾਂ ਕਿਹੜੇ ਸੱਥਿਆ 'ਚ ਧਰੇ ਨੇ। ਪਿੰਡ ਦੇ ਸਾਂਝੇ ਥਾਵੇਂ ਤਾਂ ਕੋਈ ਚੀਜ਼ ਨਹੀਂ ਧਰੇ, ਜਾਂ ਕੋਈ ਮੇਰਾ ਭਾਈ ਕਹਦੇ ਵੀ ਆਹ ਪਏ ਨੇ, ਹੈ ਕੋਈ ਕੋਟ ਕੀ ਕੰਬਲ ਕੀ ਬਹੁਤ। ਮੈਂ ਵੀ ਗਿਆ ਦਿੱਲੀ 'ਚ, ਬਹੁਤ ਕੁਛ ਆਇਆ ਉੱਥੋਂ ਵਿਦੇਸ਼ਾਂ ਤੋਂ, पैसा बहुत आया। कोई दस्या किसी ने लंगर लोकां दे लाए हुए सी, खर्चा काते आया, लोग खोआ मार मार भेजदे सी, काते खर्चा आ गया, पैसे किधर गए। हुण कहंदे फिर उत्थे गल आ जांदी आ झाड़ कट गया सरकार देवे, फिर गरीब किधर जाणगे भी मुल लेके 30 रुपये किलो आटा हो गया, असीं किधर जावांगे। साडी दिहाड़ी खातर किसी ने सोचिआ ਵੀ ਇਹਦੀ 700 ਕਰ ਦਿਓ, ਜੇ ਕੱਲ ਨੂੰ 6000 ਮੰਗ ਲਿਆ ਚੌਲਾਂ ਦੀ ਲਵਾਈ ਦਾ ਆਖਣਗੇ ਲੌਸਮੈਂਟਾਂ ਹੋ ਜਾਣੀਆਂ ਪਿੰਡਾਂ 'ਚ, ਇਹਨਾਂ ਨੂੰ ਵੱਟ ਨਹੀਂ ਚੜਨ ਦੇਣਾ, ਖੇਤ 'ਚ ਨਹੀਂ ਵੜਨ ਦੇਣਾ ਗਰੀਬ ਜਨਤਾ ਨੂੰ, ਫਿਰ ਗਰੀਬ ਜਨਤਾ ਕਿੱਧਰ ਜਾਊਗੀ। ਅਸੀਂ ਕੰਮ ਕਰਨ ਵਾਲੇ ਆ, ਅਸੀਂ ਕਿੱਧਰ ਜਾਵਾਂਗੇ। ਚਾਹੇ ਮੈਂ ਕਿਸਾਨ ਆ, ਕਰਦਾ ਤਾਂ ਮੈਂ ਮਿਹਨਤ, ਮਾੜਾ ਕਾਮਯਾਬ ਕਿਵੇਂ ਹੋਊਗਾ। ਮੈਂ ਤੁਹਾਨੂੰ ਦੱਸਦਾ ਤੂੜੀ 5000 ਦੀ ਟਰਾਲੀ ਆ, ਲਾਉਣ ਵਾਲੇ ਨੂੰ ਕਹਿੰਦੇ ਤੂੰ 2 ਸਾਲ 300 ਵਾਲਾ ਹੀ ਮੰਗੀ ਜਾਂਦਾ, ਉਹ ਬੰਦੇ ਨੇ 5 6, ਉਹਨਾਂ ਤਾਂ 20 ਰੁਪਏ ਬਣਾਏ। ਇੱਥੇ ਆਲੂ ਪੱਟੇ 60 ਜਾਣੇ, ਠੇਕਾ ਕਰਿਆ ਹੋਇਆ 50 ਰੁਪਏ ਬੋਰੀ ਖੰਨੀ 40 ਰੁਪਏ ਸਿਆਲ ਦਾ ਮਹੀਨਾ। ਮੈਂ ਇਹਨਾਂ ਨੂੰ ਪੁੱਛਿਆ ਬੁੜੀਆਂ ਕੋਲ, ਮੈਂ ਭੈਣ ਜੀ ਇਹ ਵੀ ਤੁਹਾਨੂੰ ਵੀਰ ਜੀ ਕੀ ਕਹਿੰਦੇ, ਬਾਈ ਜੀ ਕੰਮ ਨਹੀਂ, ਹੁਣ 5-4 ਦਿਨ ਲਾਵਾਂਗੇ 5-400 ਰੁਪਇਆ ਹੋ ਜਾਊਗਾ, ਚੁੱਲ੍ਹਾ ਤਾਂ ਚਲਾਵਾਂਗੇ। ਆਹ ਹਾਲ ਆ ਸਾਡੇ। ਉਦੋਂ ਨਾ ਕਹਤਾ ਵੀ ਤੁਸੀਂ 100 ਰੁਪਇਆ ਬੋਰੀ ਤਾਂ ਦੇ ਦਿਓ ਉਹਨਾਂ ਨੂੰ, ਰੇਟ ਸਾਨੂੰ ਘੱਟ ਨਾ ਮਿਲੇ, ਰੇਟ ਸਾਨੂੰ 800 ਕੱਟਾ ਹੋਵੇ, ਉਹ ਮਜ਼ਦੂਰ ਨੂੰ ਵੀ ਦੇ ਦਿਓ ਕੁਛ। कोई कम नहीं करना किसी ने, असी बेले रहना चिट्टे लीड़े पाके। इहो जे देखे ने जे खेत च गेड़ा मारना तो नक्का मोटरसाइकिल ते छड्डना। जे मैं साइकिल चक लखणगे यार हुण तू साइकिल ते पा के, क्यों मैं माड़ा काम करदा। मैनू कहंदे ने, कहंदे हुण तां मुंडे कमाउण वाले के फौजीआ तू वेला रहेगा। दस्सो ही वेला रह के मैं की करूं। आ देखो गंढा मैं नहीं अज तक मुल लिया, मिर्चा मेरे खड़ियां, भिंडियां मैं 2 वारी साजी, गुआरे दीआं फलियां मैं खा लियां, अरबी मेरे बीजी दा, तरबूज दे मेरे 4 ਬੱਲਾਂ ਲਾਈਆਂ ਏਡੇ ਏਡੇ ਲੱਗੇ ਹੋਏ ਨੇ ਆਪਦੇ ਖਾਣ ਨੂੰ, ਸਾਰਾ ਕੁਝ ਕਰਦਾ, ਲਸਣ ਮੇਰੇ ਵਾਧੂ ਆ। ਆ ਜਿੱਥੇ ਖੜੇ ਆ ਸਰੋਂ ਦਾ ਮੈਂ ਦਿਖਾ ਸਕਦਾ 1.5 ਗੱਟਾ ਹੋ ਗਿਆ, ਸਾਲ ਭਰ ਮੈਥੋਂ ਤੇਲ ਨਹੀਂ ਮੁੱਕਦਾ, ਨਾਲੇ ਮੈਂ ਮਜ਼ਦੂਰੀ ਕਰਦਾ, ਇੱਕ ਦਿਨ ਦਿਹਾੜੀ ਨਹੀਂ ਛੱਡਦਾ, ਐਤਵਾਰ ਨੂੰ ਛੁੱਟੀ ਹੁੰਦੀ ਆ ਉਹਦੇ ਕੰਮ ਕਰੀਦਾ। ਜਾਂ ਹੁਣ ਆ ਕੇ 6 ਵਜੇ ਤੜਕੇ ਸਦੇਹਾ ਉੱਠ ਕੇ ਪਾਣੀ ਲਾਇਆ, ਲਾਈਟ ਆ ਗਈ 5 ਵਜੇ ਉੱਠਿਆ, 8 ਵਜੇ ਨੂੰ ਕੰਮ ਤੇ ਜਾਣਾ, ਹੱਥਾਂ ਤੇ ਛਾਲੇ ਪਏ ਪਏ ਨੇ ਕੰਮ ਨਾਲ। ਐ ਸਾਰੀ ਦਿਹਾੜੀ ਲੋਹਾ ਕੁੱਟਦੇ ਆ ਤਾਂ ਪੈਸਾ ਬਣਦਾ। ਇਹ ਪੈਸਾ ਜੇ ਮੈਂ ਕਹਿੰਦਾ ਝੰਡਾ ਚੱਕ ਕੇ ਮੈਂ ਤੁਰਪਾਂ, ਪੈਸਾ ਐ ਨਹੀਂ ਬਣਦਾ ਵੀ ਇਹ ਚੀਜ਼ ਦਾ। ਮੈਂ ਤਾਂ ਇਹ ਕਹਿੰਦਾ ਮੇਰੇ ਭਰਾਵੋ ਕੰਮ ਕਰੋ। ਮੈਂ ਕਿਸੇ ਦੀ ਮੋਟਰ ਤੇ ਇੱਥੇ ਗੇੜਾ ਦੇ ਲਓ, ਲਾ ਲਓ ਘੰਟਾ, ਕਿਸੇ ਦੇ ਬਤਾਊਆਂ ਦਾ ਬੂਟਾ ਦਿਖਾ ਦਿਓ, ਕਿਸੇ ਦੀ ਮੋਟਰ ਤੇ ਮਿਰਚਾਂ ਦਾ ਬੂਟਾ ਦਿਖਾ ਦਿਓ, ਜਾਂ ਗੰਢਿਆਂ ਦੀ ਕਿਆਰੀ ਲੱਗੀ ਦਿਖਾ ਦਿਓ, ਜਾਂ ਕਿਤੇ ਮੂੰਗੀ ਦਾ ਵਿਸਵਾ ਬੀਜਿਆ ਦਿਖਾ ਦਿਓ। ਹੁੰਦਾ ਆਪਦੇ ਖਾਣ ਜੋਗਰਾ। ਇਕੱਲੇ ਮੇਰੇ ਵੀਰ ਕਿਸਾਨ ਭਰਾਵਾਂ ਨੂੰ ਨੂਣ ਮੁੱਲ ਲੈਣ ਦੀ ਲੋੜ ਆ, ਨਹੀਂ ਕਿਸੇ ਦੀ ਲੋੜ ਨਹੀਂ। ਸਾਡੇ ਨਹੀਂ ਜ਼ਿਆਦਾ ਕਰਨਾ, ਆਪਦੇ ਜੋਗਰਾ ਤਾਂ ਕਰ ਲਓ, ਉਹ ਵੀ ਅਸੀਂ ਮੁੱਲ ਲੈਣਾ। ਮੈਂ ਇਹੋ ਜਿਹੇ ਦੇਖਿਆ, ਮੈਂ ਨੌ ਨਹੀਂ ਲੈਣਾ ਚਾਹੁੰਦਾ। ਪਿਛਲੇ ਸਾਲ ਸਿਲਮੇ ਕੋਲੇ 60 ਰੁਪਏ ਸਗਮਲ ਮੁੱਲ ਲੈਂਦੇ ਮੇਰੇ ਭਾਈ ਕਿਸਾਨ। ਦੇਖੋ ਜੀ, ਜੇ 5 ਰੁਪਈਆਂ ਦਾ 20 ਬੀਜ ਦੀ ਨਾ 20 ਘਰ ਖਾ ਲੈਣ ਤਾਂ ਨਹੀਂ ਮੁੱਕਦੇ, ਵੱਟਾਂ ਤੇ ਘੇਰਦੀ ਹੈ ਬਰਸੀਨ ਵਾਲੀਆਂ ਤੇ, ਕਿੱਡੀ ਖਾਈ ਗੱਲ। ਫਿਰ ਇਹ ਸਾਡੇ ਬਚਣ ਦੇ ਕਾਰਨ ਨੇ। ਖਰਚਾ ਅਸੀਂ ਕੰਟਰੋਲ ਨਹੀਂ ਕਰਨਾ ਬਿਲਕੁਲ। ਜੇ ਮੇਰੇ 2 ਮੁੰਡੇ ਨੇ, ਦੋਨੇ ਮੁੰਡੇ ਮੇਰੇ ਕਹਿੰਦੇ ਰੋਜ਼ ਬਾਪੂ 500 ਮੈਨੂੰ ਦੇ ਦੇ, ਉਹ ਕਹੂ ਛੋਟਾ 500 ਮੈਨੂੰ ਦੇ ਦੇ, ਫਿਰ ਮੈਂ ਕਿੰਨਾ ਕੁ ਚਿਰ ਦੇਈ ਜਾਊਂ। ਫਿਰ ਇੱਕ ਦਿਨ ਗੂਠਾ ਲਾ ਦੂੰ। ਮੇਰਾ ਮੁੰਡਾ ਫੌਜ 'ਚ ਫੌਜੀ ਹੈ, ਇੱਕ ਸਾਡੇ ਮਿਸਤਰੀ ਆ, ਇੱਥੇ ਮੈਂ ਦਿਖਾ ਸਕਦਾ, ਪਛਾਣ ਸਕਦਾ ਤੁਹਾਨੂੰ ਗੱਲ। ਪੜ੍ਹ ਕੇ ਆਉਂਦਾ ਸੀ, ਨਾਲੇ ਰੇਸਾਂ 'ਚ ਸੀ, ਭੱਜਦਾ ਸੀ, ਬੱਠਲ ਚੱਕਦਾ ਸੀ, ਮਿਸਤਰੀ ਨਾਲ ਦਿਹਾੜੀ ਵੀ ਲਾਉਂਦਾ ਸੀ, ਤਾਂ ਇੱਥੇ ਪਹੁੰਚੇ ਹਾਂ ਅਸੀਂ। ਮੈਂ ਤਾਂ ਬਸ ਇਹੀ ਅਪੀਲ ਕਰਨੀ ਚਾਹੁੰਦਾ, ਇੱਕ ਤਾਂ ਧਰਨਿਆਂ ਤੋਂ ਬਚ ਜਾਓ। ਜਿੰਨਾ ਘਾਟਾ ਪੈ ਰਿਹਾ ਸਾਨੂੰ, ਧਰਨੇ ਮਾਰ ਰਹੇ ਨੇ, ਸਾਡੀ ਸਰਕਾਰ ਨੂੰ ਘਾਟਾ ਪਈ ਜਾਂਦਾ, ਰੇਲਾਂ ਰੋਕ ਲੀਆਂ, ਉਹ ਪੈਣਾ ਸਾਡੇ ਜਨਤਾ ਤੇ ਆ, ਘਾਟਾ ਕੋਈ ਨਹੀਂ ਚੱਲਦਾ, ਜਨਤਾ ਤੇ ਪੈਣਾ। ਜਿੰਨੇ ਡੀਸੀ ਦਫ਼ਤਰ ਰੋਡ ਰੋਕ ਲਓ, ਟੂਲ ਪਲਾਜੇ ਬੰਦ ਕਰ ਦਿਓ, ਜਿੰਨੀ ਮਹਿੰਗਾਈ ਹੋਈ ਹੈ ਧਰਨੇ ਦੇ ਕਾਰਨ ਹੋਈ। ਮੈਂ ਤਾਂ ਹੱਥ ਬੰਨ ਕੇ ਇਹੀ ਬੇਨਤੀ ਕਰਦਾ ਭਰਾਵੋ, ਧਰਨਾ ਉਦੋਂ ਲਾਓ ਜਦੋਂ ਜਮਾਂ ਹੀ ਸੱਤੋਂ ਦੀ ਪਾਣੀ ਲੰਘਿਆ। ਹੁਣ ਇਹਨਾਂ ਦਾ ਤਾਂ ਲੀਡਰੀ ਦਾ ਕੰਮ ਆ, ਕਰਦੇ ਨੇ ਸਾਨੂੰ ਚੌਧਰ ਬਣੀ ਜਾਵੇ, ਪੈਸੇ ਬਣੀ ਜਾਣ, ਚੰਗੀਆਂ ਗੱਡੀਆਂ। ਧੰਨਵਾਦ, ਸਤਿ ਸ਼੍ਰੀ ਅਕਾਲ। ਜੇ ਕੋਈ ਗਲਤ ਫਲਤ ਬੋਲਿਆ ਗਿਆ ਮਾਫ ਕਰ ਦਿਓ।